ਹੁਣ ਜਿਹੜਾ ਸਭ ਤੋਂ ਵੱਡਾ ਸਵਾਲ ਪੈਦਾ ਹੁੰਦਾ ਹੈ ਕਿ ਦਿੱਲੀ ਦੇ ਵਿੱਚ ਗੁਰੂ ਸਾਹਿਬ ਨੂੰ ਤਲਬ ਕਿਉਂ ਕੀਤਾ ਗਿਆ? ਕਿਉਂਕਿ ਗੁਰੂ ਹਰ ਰਾਏ ਸਾਹਿਬ ਨੂੰ ਤਲਬ ਕੀਤਾ ਗਿਆ, ਇੱਕ ਵਾਰੀ ਗੁਰੂ ਹਰ ਰਾਏ ਸਾਹਿਬ ਨੇ ਇਨਕਾਰ ਕੀਤਾ, ਦੂਸਰੀ ਵਾਰੀ ਫਿਰ ਤਲਬ ਕੀਤਾ ਗਿਆ, ਫਿਰ ਰਾਮ ਰਾਏ ਜੀ ਨੂੰ ਭੇਜਿਆ ਗਿਆ, ਇਹਦੇ ਪਿੱਛੇ ਕਾਰਨ ਕੀ ਸੀ? ਜਹਾਂਗੀਰ ਗੁਰੂ ਘਰ ਦਾ ਵਿਰੋਧੀ ਸੀ। ਜਹਾਂਗੀਰ ਦੇ ਸਮੇਂ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਦੀ ਸ਼ਹਾਦਤ ਹੋਈ ਹੈ ਔਰ ਉਸ ਸ਼ਹਾਦਤ ਦੇ ਪਿੱਛੇ ਸਭ ਤੋਂ ਵੱਡਾ ਅਹਿਮ ਕਾਰਨ ਸੀ ਸ਼ੇਖ ਅਹਿਮਦ ਸਰਹੰਦੀ। ਸ਼ੇਖ ਅਹਿਮਦ ਸਰਹੰਦੀ ਦਾ ਜਿਹੜਾ ਬੇਟਾ ਸੀ ਉਹ ਸੀ ਸੈਯਦ ਮਾਸੂਮ ਫਾਰੂਖੀ, ਜਿਹੜਾ ਕਿ ਸ਼ਾਹਜਹਾਨ ਦਾ ਸਲਾਹਕਾਰ ਸੀ। ਸ਼ਾਹਜਹਾਨ ਵੀ ਪਹਿਲਾਂ ਗੁਰੂ ਘਰ ਦੇ ਨਾਲ ਇੰਨੀ ਵਧੀਆ ਨੀਤੀ ਨਹੀਂ ਸੀ ਰੱਖਦਾ। ਛੇਵੇਂ ਪਾਤਸ਼ਾਹ ਦੇ ਸਮੇਂ ਜਿੰਨੀਆਂ ਵੀ ਜੰਗਾਂ ਹੋਈਆਂ ਨੇ ਮੁਗਲ ਅਹਿਲਕਾਰਾਂ ਦੇ ਨਾਲ, ਹਿੰਦੁਸਤਾਨ ਦਾ ਬਾਦਸ਼ਾਹ ਸ਼ਾਹਜਹਾਨ ਸੀ। ਪਰ ਗੁਰੂ ਹਰ ਰਾਏ ਸਾਹਿਬ ਦੇ ਸਮੇਂ ਆ ਕੇ ਸ਼ਾਹਜਹਾਨ ਦੀ ਮਾਨਸਿਕਤਾ ਦੇ ਵਿੱਚ ਸਿੱਖੀ ਦੇ ਪ੍ਰਤੀ ਇੱਕ ਤਬਦੀਲੀ ਆਈ ਹੈ। ਉਸ ਤਬਦੀਲੀ ਦਾ ਕਾਰਨ ਸ਼ਾਹਜਹਾਨ ਦੇ ਚਾਰ ਪੁੱਤਰ ਮੁਰਾਦ, ਦਾਰਾ, ਸੁਜਾ ਔਰ ਉਸ ਤੋਂ ਬਾਅਦ ਔਰੰਗਜ਼ੇਬ, ਇਹ ਸ਼ਾਹਜਹਾਨ ਦੇ ਚਾਰ ਪੁੱਤਰ ਨੇ। ਔਰੰਗਜ਼ੇਬ ਜਿਹੜਾ ਹੈ ਇਹ ਚੜ੍ਹਦੀ ਜਵਾਨੀ ਦੇ ਵਿੱਚ ਹੀ ਬੜਾ ਚਲਾਕ ਔਰ ਲਾਲਚੀ ਤਬੀਅਤ ਦਾ ਇਨਸਾਨ ਸੀ। ਅਜੇ ਜਵਾਨੀ ਦੇ ਉੱਪਰ ਕਦਮ ਧਰਿਆ ਅਤੇ ਮਨ ਦੇ ਵਿੱਚ ਆਇਆ ਕਿ ਜੇਕਰ ਮੈਂ ਆਪਣੇ ਬਾਕੀ ਤਿੰਨ ਭਰਾਵਾਂ ਨੂੰ ਮਰਵਾ ਦੇਵਾਂ ਅਤੇ ਬਾਪ ਦੀ ਜਾਇਦਾਦ ਦਾ ਅਤੇ ਰਾਜ ਦਾ ਵਾਰਸ ਮੈਂ ਇਕੱਲਾ ਰਹਿ ਜਾਵਾਂਗਾ। ਇਸ ਨੇ ਆਪਣੇ ਮਹਿਲ ਦੇ ਵਿੱਚ ਕੰਮ ਕਰਦੇ ਇੱਕ ਬਾਵਰਚੀ ਨੂੰ, ਇੱਕ ਰਸੋਈਏ ਨੂੰ ਖਰੀਦਿਆ ਅਤੇ ਵੱਡੇ ਭਰਾ ਜਿਸ ਦੇ ਬਾਰੇ ਇਹ ਸਮਝਿਆ ਜਾ ਸਕਦਾ ਸੀ ਕਿ ਸ਼ਾਹਜਹਾਨ ਤੋਂ ਬਾਅਦ ਉਹ ਰਾਜ ਦਾ ਅਧਿਕਾਰੀ ਹੋਵੇਗਾ, ਉਸਨੂੰ ਛੇਰ ਦੀ ਮੁੱਛ ਦਾ ਵਾਲ ਉਸਦੇ ਭੋਜਨ ਦੇ ਵਿੱਚ ਖਵਾ ਦਿੱਤਾ। ਪੁਰਾਣੇ ਸਮਿਆਂ ਦੇ ਵਿੱਚ ਇਹ ਗੱਲ ਮੰਨੀ ਜਾਂਦੀ ਸੀ ਕਿ ਜੇਕਰ ਕਿਸੇ ਨੂੰ ਛੇਰ ਦੀ ਮੁੱਛ ਦਾ ਵਾਲ ਖਵਾ ਦਿੱਤਾ ਜਾਵੇ ਤਾਂ ਉਹਦੇ ਪੇਟ ਦੇ ਵਿੱਚ ਅਲਸਰੇਸ਼ਨ ਹੋ ਜਾਂਦੀ ਹੈ, ਉਸ ਤੋਂ ਬਾਅਦ ਕੈਂਸਰੇਸ਼ਨ ਹੋ ਸਕਦੀ ਹੈ ਅਤੇ ਬੰਦੇ ਦਾ ਬਚਾਅ ਨਹੀਂ ਹੁੰਦਾ, ਬੰਦਾ ਹੌਲੀ ਹੌਲੀ ਮਰ ਜਾਂਦਾ। ਦਾਰਾ ਬਿਮਾਰ ਹੋ ਗਿਆ। ਦਾਰਾ ਜਿਸ ਵੇਲੇ ਬਿਮਾਰ ਹੋਇਆ, ਜਿੰਨੇ ਵੀ ਵੈਦ ਹਕੀਮ ਸੀ ਸਾਰਿਆਂ ਨੂੰ ਬੁਲਾਇਆ ਗਿਆ। ਅਖੀਰ ਇੱਕ ਮੀਰ ਹਸਨ ਨਾਮ ਦਾ ਵੈਦ ਸੀ, ਬੜਾ ਸਿਆਣਾ, ਜਦੋਂ ਉਸ ਨੂੰ ਬੁਲਾਇਆ ਗਿਆ ਤਾਂ ਉਸਨੇ ਕਿਹਾ ਕਿ ਇਸ ਦਾ ਇਲਾਜ ਇੱਕ ਤਰੀਕੇ ਨਾਲ ਹੋ ਸਕਦਾ ਹੈ, ਜੇਕਰ ਮੈਨੂੰ ਤਿੰਨ ਚੀਜ਼ਾਂ ਲੈ ਲਈ, ਚਿੱਟੀ ਹਰੜ, ਵੱਡਾ ਲੌਂਗ ਅਤੇ ਗਜ ਮੋਤੀ, ਜੇਕਰ ਇਹ ਤਿੰਨ ਚੀਜ਼ਾਂ ਤੁਸੀਂ ਕਿਤੇ ਮੈਨੂੰ ਮੰਗਵਾ ਦਿਓ ਅਤੇ ਮੈਂ ਇਹਨਾਂ ਤਿੰਨਾਂ ਚੀਜ਼ਾਂ ਦੀ ਜਿਹੜੀ ਦਵਾਈ ਤਿਆਰ ਕਰਾਂਗਾ ਉਸ ਦੇ ਨਾਲ ਮੈਂ ਤੇਰੇ ਬੇਟੇ ਦਾ ਇਲਾਜ ਕਰ ਸਕਦਾ। ਹੁਣ ਖਿਆਲ ਕਰਿਓ, ਗੁਰੂ ਹਰ ਰਾਏ ਸਾਹਿਬ ਦਾ ਸ਼ਫਾਖਾਨਾ, ਦਵਾਖਾਨਾ, ਜਾਂ ਤੁਸੀਂ ਅੱਜ ਦੇ ਸਮੇਂ ਦੇ ਵਿੱਚ ਹੋਸਪਿਟਲ ਕਹਿ ਲਓ, ਉਹ ਕਿਸ ਪੱਧਰ ਦਾ ਹੋਵੇਗਾ ਕਿ ਸਾਰੇ ਹਿੰਦੁਸਤਾਨ ਦੇ ਵਿੱਚ ਕਿਸੇ ਵੀ ਸ਼ਫੇਖਾਨੇ ਦੇ ਵਿੱਚ, ਕਿਸੇ ਵੀ ਹਸਪਤਾਲ ਦੇ ਵਿੱਚ ਇਹ ਤਿੰਨ ਚੀਜ਼ਾਂ ਮੌਜੂਦ ਨਹੀਂ? ਖਬਰ ਮਿਲੀ ਸ਼ਾਹਜਹਾਨ ਨੂੰ ਕਿ ਜੇਕਰ ਇਹ ਤਿੰਨ ਚੀਜ਼ਾਂ ਕਿਤੇ ਉਹ ਮਿਲ ਸਕਦੀਆਂ ਨੇ ਤਾਂ ਕੀਰਤਪੁਰ ਸਾਹਿਬ ਗੁਰੂ ਹਰ ਰਾਏ ਸਾਹਿਬ ਦੇ ਸ਼ਫਾਖਾਨੇ ਦੇ ਵਿੱਚ। ਅੱਜ ਦੇ ਹਿਸਾਬ ਦੇ ਨਾਲ ਵੇਖੀਏ, ਬਿਮਾਰ ਹੋਈਏ ਅਤੇ ਦਿੱਲੀ ਵੱਲ ਭੱਜੀਦਾ, ਅਤੇ ਖਿਆਲ ਕਰੋ ਉਦੋਂ ਸਾਡੀਆਂ ਸਿਹਤ ਸਹੂਲਤਾਂ ਦਾ ਸਿਸਟਮ ਕਿਵੇਂ ਦਾ ਹੋਵੇਗਾ
ਕਿ ਦਿੱਲੀ ਦੇ ਬਾਦਸ਼ਾਹ ਦਾ ਪੁੱਤ ਬਿਮਾਰ ਹੋਇਆ ਅਤੇ ਉਸਨੂੰ ਕੀਰਤਪੁਰ ਸਾਹਿਬ ਆਉਣਾ ਪੈ ਰਿਹਾ। ਅੱਜ ਦੇ ਨਜ਼ੀਰੇ 'ਚ ਵੇਖੋ ਕਿ ਸਾਡਾ ਨਿਘਾਰ ਕਿੰਨਾ ਆਇਆ। ਗੁਰੂ ਸਾਹਿਬ ਨੇ ਸਾਡੇ ਕਿੱਡੇ ਵੱਡੇ ਸਿਸਟਮ ਨੂੰ ਉਸਾਰਿਆ ਸੀ ਕਿ ਅੱਜ ਅਸੀਂ ਬਿਮਾਰ ਹੁੰਦੇ ਹਾਂ, ਸਾਡਾ ਮੂੰਹ ਦਿੱਲੀ ਵੱਲ ਹੁੰਦਾ, ਉਦੋਂ ਦਿੱਲੀ ਦੇ ਬਾਦਸ਼ਾਹ ਦਾ ਪੁੱਤ ਬਿਮਾਰ ਹੋਇਆ ਅਤੇ ਧਿਆਨ ਪੰਜਾਬ ਵੱਲ ਹੈ। ਇਹਦਾ ਮਤਲਬ ਇਸਦਾ ਮਤਲਬ ਕਿ ਉਸ ਸਮੇਂ ਹਿੰਦੁਸਤਾਨ ਦੇ ਵਿੱਚ ਜੇ ਕੋਈ ਸਭ ਤੋਂ ਵੱਡਾ ਇਲਾਜ ਦਾ ਕੇਂਦਰ ਸੀ ਤਾਂ ਗੁਰੂ ਹਰਿ ਰਾਏ ਸਾਹਿਬ ਨੇ ਜਿਹੜਾ ਸਥਾਪਿਤ ਕੀਤਾ ਸੀ। ਗੁਰੂ ਹਰਿ ਰਾਏ ਸਾਹਿਬ ਦੇ ਕੋਲੋਂ ਇਹ ਸਾਰੀਆਂ ਵਸਤਾਂ ਮੰਗਵਾਈਆਂ ਗਈਆਂ, ਦਾਰਾ ਸ਼ਿਕੋਹ ਦਾ ਇਲਾਜ ਕੀਤਾ ਗਿਆ ਔਰ ਉਹ ਠੀਕ ਹੋ ਗਿਆ। ਦਾਰਾ ਸ਼ਿਕੋਹ ਜਦੋਂ ਠੀਕ ਹੋਇਆ ਤਾਂ ਉਸ ਵੇਲੇ ਸ਼ਾਹਜਹਾਨ ਨੇ ਆਪਣੇ ਚਾਰ ਪੁੱਤਰਾਂ ਦੇ ਵਿੱਚ ਜਾਇਦਾਦ ਦੀ ਤਕਸੀਮ ਕਰ ਦਿੱਤੀ। ਉਸਨੇ ਦਿੱਲੀ ਦਾ ਔਰ ਆਗਰੇ ਦਾ ਅਤੇ ਪੰਜਾਬ ਦਾ ਇਲਾਕਾ ਦਾਰਾ ਸ਼ਿਕੋਹ ਨੂੰ ਦੇ ਦਿੱਤਾ, ਦੱਖਣ ਦਾ ਇਲਾਕਾ ਔਰੰਗਜ਼ੇਬ ਨੂੰ ਦੇ ਦਿੱਤਾ, ਗੁਜਰਾਤ ਦਾ ਇਲਾਕਾ ਮੁਰਾਦ ਨੂੰ ਦੇ ਦਿੱਤਾ ਅਤੇ ਬੰਗਾਲ ਦਾ ਇਲਾਕਾ ਸ਼ੁਜਾ ਨੂੰ ਦੇ ਦਿੱਤਾ। ਚਾਰ ਪੁੱਤਰਾਂ ਦੇ ਵਿੱਚ ਜਾਇਦਾਦ ਦੀ ਵੰਡ ਕਰ ਦਿੱਤੀ ਗਈ। ਹੌਲੀ ਹੌਲੀ ਸ਼ਾਹਜਹਾਨ ਬਿਮਾਰ ਹੋ ਗਿਆ, ਇੰਨਾ ਬਿਮਾਰ ਹੋ ਗਿਆ ਕਿ ਰਾਜ ਦੇ ਕੰਮ ਨਹੀਂ ਸੀ ਕਰ ਸਕਦਾ। ਅਤੇ ਜਿਹੜਾ ਦਾਰਾ ਸੀ, ਦਾਰਾ ਸ਼ਿਕੋਹ, ਇਹਦੇ ਨਾਲ ਖਾਸ ਪਿਆਰ ਕਰਦਾ ਸੀ ਸ਼ਾਹਜਹਾਨ। ਦਾਰਾ ਸ਼ਿਕੋਹ ਨੇ ਸੋਚਿਆ ਕਿ ਜੇਕਰ ਰਾਜ ਦੇ ਵਿੱਚ ਇੰਨੇ ਜ਼ਿਆਦਾ ਲੋਕ ਮੇਰੇ ਬਾਪ ਨੂੰ ਮਿਲ ਆਉਣਗੇ, ਤਬੀਅਤ ਹੋਰ ਵਿਗੜ ਸਕਦੀ ਹੈ। ਉਹਨੇ ਲੋਕਾਂ ਦਾ ਮਿਲਣਾ ਬੰਦ ਕਰਾ ਦਿੱਤਾ ਅਤੇ ਔਰੰਗਜ਼ੇਬ ਨੇ ਸੋਚਿਆ ਕਿ ਸ਼ਾਇਦ ਪਿਤਾ ਦੀ ਮੌਤ ਹੋ ਚੁੱਕੀ ਹੈ, ਇਸ ਕਰਕੇ ਇਸ ਮੌਤ ਦੀ ਖਬਰ ਨੂੰ ਲੁਕਾਇਆ ਜਾ ਰਿਹਾ ਹੈ। ਔਰੰਗਜ਼ੇਬ ਨੇ ਉਸੇ ਵੇਲੇ ਦਿੱਲੀ ਵਾਲੇ ਪਾਸੇ ਹੋ ਕੇ ਆਗਰੇ ਵੱਲ ਨੂੰ ਹਮਲਾ ਕਰ ਦਿੱਤਾ। ਔਰੰਗਜ਼ੇਬ ਨੇ ਆਪਣੇ ਭਰਾ ਮੁਰਾਦ ਨੂੰ, ਜਿਹੜਾ ਗੁਜਰਾਤ ਦਾ ਹਾਕਮ ਸੀ, ਉਹਨੂੰ ਨਾਲ ਮਿਲਾ ਲਿਆ। ਇਹ ਦੋਵੇਂ ਭਰਾ ਇਕੱਠੇ ਹੋ ਕੇ ਇਹਨਾਂ ਨੇ ਆਪਣੇ ਬਾਪ ਦੇ ਖਿਲਾਫ ਬਗਾਵਤ ਕਰ ਲਈ। ਬਾਪ ਦੇ ਖਿਲਾਫ ਬਗਾਵਤ ਕੀਤੀ ਅਤੇ ਉੱਧਰੋਂ ਤੀਸਰੇ ਭਰਾ ਬੰਗਾਲ ਦੇ ਵਿੱਚ ਸੁਜਾ ਨੇ ਵੀ ਬਗਾਵਤ ਕਰ ਦਿੱਤੀ। ਸੁਜਾ ਦੇ ਨਾਲ ਲੜਨ ਦੇ ਵਾਸਤੇ ਅਤੇ ਉਹਦੀ ਬਗਾਵਤ ਨੂੰ ਦਬਾਉਣ ਦੇ ਵਾਸਤੇ ਦਾਰਾ ਸ਼ਿਕੋਹ ਨੇ ਆਪਣਾ ਪੁੱਤਰ ਸੁਲਤਾਨ ਸ਼ਿਕੋਹ ਭੇਜਿਆ। ਸੁਲਤਾਨ ਸ਼ਿਕੋਹ ਨੇ ਸੁਜਾ ਨੂੰ ਹਾਰ ਦਿੱਤੀ ਅਤੇ ਉਸ ਇਲਾਕੇ ਦੇ ਉੱਪਰ ਕਬਜ਼ਾ ਕਰ ਲਿਆ। ਹੁਣ ਬਾਪ ਔਰ ਬੇਟੇ ਦੇ ਵਿੱਚ ਵਾਰਤਾਲਾਪ ਹੁੰਦੀ ਹੈ। ਸ਼ਾਹਜਹਾਨ ਬਿਮਾਰ ਹੈ ਅਤੇ ਸ਼ਾਹਜਹਾਨ ਆਪਣੇ ਪੁੱਤਰ ਨੂੰ ਦਾਰੇ ਨੂੰ ਕਹਿੰਦਾ ਹੈ ਕਿ ਦਾਰੇ, ਹੁਣ ਜੇਕਰ ਤੂੰ ਬਚਣਾ ਚਾਹੁੰਦਾ ਹੈ ਜਾਂ ਹਿੰਦੁਸਤਾਨ ਦੇ ਵਿੱਚ ਰਾਜ ਕਰਨਾ ਚਾਹੁੰਦਾ ਹੈ, ਤੇਰੇ ਕੋਲ ਇੱਕ ਹੀ ਰਾਹ ਹੈ ਕਿ ਤੂੰ ਦਿੱਲੀ ਦੇ ਉੱਪਰ ਕਬਜ਼ਾ ਕਰ। ਜਦੋਂ ਦਾਰਾ ਦਿੱਲੀ ਦੇ ਉੱਪਰ ਕਬਜ਼ਾ ਕਰਨ ਨੂੰ ਵੱਧ ਰਿਹਾ ਸੀ ਅਤੇ ਦਿੱਲੀ ਦਾ ਜਿਹੜਾ ਉਸ ਵੇਲੇ ਦਾ ਫੌਜਦਾਰ ਸੀ ਉਹ ਔਰੰਗਜ਼ੇਬ ਦੀ ਗੱਲ ਦੇ ਵਿੱਚ ਆ ਚੁੱਕਾ ਸੀ, ਉਸਨੇ ਦਾਰੇ ਨੂੰ ਜਗ੍ਹਾ ਨਾ ਦਿੱਤੀ। ਹੁਣ ਦਾਰੇ ਨੇ ਸੋਚਿਆ ਕਿ ਜੇਕਰ ਮੈਂ ਆਪਣੇ ਪੁੱਤਰ ਸੁਲਤਾਨ ਸ਼ਿਕੋਹ ਨੂੰ ਉਡੀਕਦਾ ਹਾਂ ਤਾਂ ਬਹੁਤ ਦੇਰੀ ਹੋ ਜਾਵੇਗੀ। ਦਾਰਾ ਪੰਜਾਬ ਵੱਲ ਨੂੰ ਚਲਾ ਗਿਆ। ਸਭ ਤੋਂ ਪਹਿਲਾਂ ਇਹ ਸੁਲਤਾਨਪੁਰ ਲੋਧੀ ਗਿਆ, ਉੱਥੇ ਕੁਛ ਦਿਨ ਟਿਕਿਆ, ਪਰ ਇਹਨੇ ਸੋਚਿਆ ਕਿ ਮੈਂ ਇੱਥੇ ਔਰੰਗਜ਼ੇਬ ਔਰ ਮੁਰਾਦ ਦੀਆਂ ਫੌਜਾਂ ਦਾ ਮੁਕਾਬਲਾ ਨਹੀਂ ਕਰ ਸਕਾਂਗਾ। ਉਸ ਤੋਂ ਬਾਅਦ ਇਹ ਕੀਰਤਪੁਰ ਸਾਹਿਬ ਆਇਆ। ਕੀਰਤਪੁਰ ਸਾਹਿਬ ਇਸ ਕਰਕੇ ਆਇਆ ਕਿ ਇਸ ਨੂੰ ਇਹ ਪਤਾ ਸੀ ਕਿ ਗੁਰੂ ਸਾਹਿਬ ਨੇ ਮੇਰੀ ਜਾਨ ਬਚਾਈ ਸੀ, ਗੁਰੂ ਸਾਹਿਬ ਦੇ ਕੋਲ 2200 ਘੋੜਸਵਾਰਾਂ ਦੀ ਫੌਜ ਹੈ, ਗੁਰੂ ਸਾਹਿਬ ਮੇਰੀ ਮਦਦ ਵੀ ਕਰ ਸਕਦੇ ਨੇ। ਪਰ ਜਦੋਂ ਕੀਰਤਪੁਰ ਸਾਹਿਬ ਆਇਆ, ਇਸ ਨੂੰ ਪਤਾ ਲੱਗਾ ਕਿ ਗੁਰੂ ਸਾਹਿਬ ਤਾਂ ਗੋਇੰਦਵਾਲ ਸਾਹਿਬ ਦੇ ਇਲਾਕੇ ਦੇ ਵਿੱਚ ਨੇ। ਇਹ ਗੋਇੰਦਵਾਲ ਸਾਹਿਬ ਚਲਾ ਗਿਆ, ਗੁਰੂ ਸਾਹਿਬ ਦੇ ਨਾਲ ਇਸ ਦਾ ਮਿਲਾਪ ਹੋਇਆ, ਗੁਰੂ ਸਾਹਿਬ ਦੇ ਦੀਦਾਰ ਕੀਤੇ ਔਰ ਗੁਰੂ ਸਾਹਿਬ ਦੇ ਨਾਲ ਜਦੋਂ ਮੁਲਾਕਾਤ ਹੋਈ
ਅਤੇ ਇਸਨੇ ਹੱਥ ਜੋੜ ਕੇ ਬੇਨਤੀ ਕੀਤੀ ਕਿ ਮੇਰਾ ਪਿੱਛਾ ਕਰਦਾ ਔਰੰਗਜ਼ੇਬ ਆ ਰਿਹਾ ਹੈ, ਮੇਰੀ ਰੱਖਿਆ ਕੀਤੀ ਜਾਵੇ। ਗੁਰੂ ਸਾਹਿਬ ਨੇ ਇਸ ਦੀ ਰੱਖਿਆ ਦੇ ਵਾਸਤੇ ਬਿਆਸ ਦੇ ਕੰਢੇ ਦੇ ਉੱਪਰ ਇੱਕ ਤਾਂ ਆਪਣੀ ਫੌਜ ਤੈਨਾਤ ਕੀਤੀ ਔਰ ਦੂਸਰੀ, ਤੁਸੀਂ ਭਾਈ ਸਾਹਿਬ ਭਾਈ ਗੁਰਦਾਸ ਦੀਆਂ ਵਾਰਾਂ ਦੇ ਵਿੱਚ ਇੱਕ ਗੁਰਸਿੱਖ ਦਾ ਨਾਮ ਸੁਣਦੇ ਹੋ, ਪੱਟੀ ਅੰਦਰ ਚੌਧਰੀ ਢਿੱਲੋਂ ਲਾਲ ਨਿਗਾਹ ਸਦਾਉਂਦਾ। ਜਿਹੜਾ ਭਾਈ ਲੰਗਾਹ ਢਿੱਲੋਂ ਸੀ ਉਸ ਦਾ ਪੁੱਤਰ ਸੀ ਸਿਕੰਦਰ। ਲੰਗਾਹ ਨੇ ਵੀ ਛੇਵੇਂ ਪਾਤਸ਼ਾਹ ਦੀ ਮਦਦ ਕੀਤੀ ਸੀ ਜਦੋਂ ਮੁਗਲਾਂ ਨੇ ਹਮਲਾ ਕੀਤਾ, ਅਤੇ ਉਹਦੇ ਪੁੱਤਰ ਨੇ ਆਪਣੀਆਂ ਫੌਜਾਂ ਜਿਹੜੀਆਂ ਸੀ ਗੁਰੂ ਸਾਹਿਬ ਦੇ ਸਿੱਖਾਂ ਦੇ ਨਾਲ ਤੈਨਾਤ ਕਰ ਦਿੱਤੀਆਂ। ਪਰ ਦਾਰਾ ਲੜ ਨਾ ਸਕਿਆ, ਦਾਰਾ ਉੱਥੋਂ ਲਾਹੌਰ ਭੱਜ ਗਿਆ, ਲਾਹੌਰ ਤੋਂ ਸਿੰਧ ਦੇ ਇਲਾਕੇ 'ਚ ਚਲਾ ਗਿਆ। ਔਰੰਗਜ਼ੇਬ ਨੇ ਸਾਰੇ ਇਸ ਇਲਾਕੇ ਦੇ ਉੱਪਰ ਕਬਜ਼ਾ ਕਰ ਲਿਆ। ਦਾਰੇ ਨੇ ਜਿਸ ਜਗ੍ਹਾ ਦੇ ਉੱਪਰ ਪਨਾਹ ਲਈ ਸਿੰਧ ਦੇ ਵਿੱਚ ਜਾ ਕੇ, ਉਸ ਜਿਸ ਵਿਅਕਤੀ ਦੇ ਕੋਲ ਜਾ ਕੇ ਸਿੰਧ 'ਚ ਇਸਨੇ ਸ਼ਰਨ ਲਈ, ਉਸ ਦਾ ਨਾਮ ਸੀ ਮਲਕ ਜੀਵਨ ਜੂਨਾ। ਉਸਨੇ ਕੁਛ ਦਿਨ ਤਾਂ ਇਸ ਨੂੰ ਆਪਣੇ ਕੋਲ ਰੱਖਿਆ, ਅਤੇ ਬਾਅਦ ਦੇ ਵਿੱਚ ਔਰੰਗਜ਼ੇਬ ਦੇ ਨਾਲ ਉਸਦਾ ਚਿੱਠੀ ਪੱਤਰ ਹੋਇਆ। ਕਿਉਂਕਿ ਔਰੰਗਜ਼ੇਬ ਦੇ ਬਾਰੇ ਬਰਨੀਅਰ ਲਿਖਦਾ ਹੈ ਕਿ ਅੰਗਰੇਜ਼ ਵਿਦਵਾਨ ਕਹਿੰਦਾ ਕਿ ਪੂਰੀ ਤਰ੍ਹਾਂ ਦੇ ਨਾਲ ਜੇ ਕਿਸੇ ਨੂੰ ਸ਼ੈਤਾਨੀ ਦਿਮਾਗ ਕਿਹਾ ਜਾਵੇ ਤਾਂ ਉਹ ਔਰੰਗਜ਼ੇਬ ਸੀ। ਜਿਹੜਾ ਪੰਜਾਬ ਦਾ ਹਾਕਮ ਸੀ ਉਸ ਵੇਲੇ, ਉਹ ਮਦਦ ਕਰਨਾ ਚਾਹੁੰਦਾ ਸੀ ਦਾਰੇ ਦੀ, ਪਰ ਔਰੰਗਜ਼ੇਬ ਨੇ ਇੱਕ ਐਸੀ ਜਾਲੀ ਚਿੱਠੀ ਤਿਆਰ ਕਰਾਈ, ਉਹ ਚਿੱਠੀ ਜਿਹੜੀ ਸੀ ਉਹ ਦਾਰੇ ਤੱਕ ਪਹੁੰਚਾਈ, ਔਰ ਉਸ ਚਿੱਠੀ ਦੇ ਵਿੱਚ ਪੰਜਾਬ ਦੇ ਹਾਕਮ ਵੱਲੋਂ ਲਿਖਿਆ ਹੋਇਆ ਸੀ ਔਰੰਗਜ਼ੇਬ ਨੂੰ ਕਿ ਇਹ ਬਾਦਸ਼ਾਹ ਸ਼ਹਿਨਸ਼ਾਹ ਆਲਮਗੀਰ ਔਰੰਗਜ਼ੇਬ, ਜਦੋਂ ਵੀ ਦਾਰਾ ਮੇਰੇ ਹੱਥ ਆਇਆ ਮੈਂ ਤੇਰੇ ਹਵਾਲੇ ਕਰ ਦੇਵਾਂਗਾ। ਹਾਲਾਂਕਿ ਚਿੱਠੀ ਬਿਲਕੁਲ ਝੂਠੀ ਸੀ, ਪਰ ਦਾਰੇ ਨੂੰ ਆਪਣਾ ਜਿਹੜਾ ਪੰਜਾਬ ਦਾ ਫੌਜਦਾਰ ਸੀ ਉਹਦੇ ਪ੍ਰਤੀ ਵੀ ਸ਼ੱਕ ਹੋ ਗਿਆ, ਉਸਨੇ ਉਹਦਾ ਵੀ ਸਾਥ ਛੱਡ ਦਿੱਤਾ, ਇਕੱਲਾ ਰਹਿ ਗਿਆ। ਜਦੋਂ ਜਾ ਕੇ ਇਸਨੇ ਸਿੰਧ ਦੇ ਵਿੱਚ ਪਨਾਹ ਲਈ, ਅਤੇ ਜਿਹੜਾ ਸਿੰਧ ਦਾ ਹਾਕਮ ਸੀ ਮਲਕ ਜੀਵਨ ਜੂਨਾ, ਉਸ ਨੇ ਇਸ ਦੇ ਬੇਟੇ ਸਿਪਰ ਸ਼ਿਕੋ, ਦਾਰਾ ਸ਼ਿਕੋ ਨੂੰ ਦੋਵਾਂ ਨੂੰ ਬੇੜੀਆਂ ਪਵਾ ਕੇ ਔਰੰਗਜ਼ੇਬ ਦੇ ਹਵਾਲੇ ਕਰ ਦਿੱਤਾ, ਔਰ ਔਰੰਗਜ਼ੇਬ ਨੇ ਪਿਤਾ ਔਰ ਪੁੱਤਰ ਨੂੰ ਬੜੇ ਤਸੀਹੇ ਦੇ ਕੇ ਕਤਲ ਕਰ ਦਿੱਤਾ। ਇਸ ਦੀ ਪਤਨੀ ਸੀ ਨਾਦਰਾ, ਉਸ ਦੀ ਵੀ ਬਿਮਾਰੀ ਦੀ ਹਾਲਤ ਦੇ ਵਿੱਚ ਸਿੰਧ ਦੇ ਇਲਾਕੇ ਦੇ ਵਿੱਚ ਮੌਤ ਹੋ ਗਈ। ਔਰੰਗਜ਼ੇਬ ਨੇ ਆਪਣੇ ਬਾਕੀ ਭਰਾਵਾਂ ਦਾ ਵੀ ਹੌਲੀ ਹੌਲੀ ਕਤਲ ਕੀਤਾ ਅਤੇ ਆਪਣੇ ਪਿਤਾ ਨੂੰ ਕੈਦ ਕਰ ਲਿਆ। ਔਰੰਗਜ਼ੇਬ ਕਿਵੇਂ ਦੇ ਸੁਭਾਅ ਦਾ ਸੀ, ਉਸਦੇ ਪਿਤਾ ਸ਼ਾਹਜਹਾਨ ਨੇ ਇੱਕ ਸ਼ੇਰ ਲਿਖਿਆ, ਉਸ ਤੋਂ ਪਤਾ ਲੱਗ ਜਾਂਦਾ ਕਿ ਇਹ ਕਿਵੇਂ ਦੇ ਸੁਭਾਅ ਦਾ ਸੀ। ਇਹ ਆਪਣੇ ਬਾਪ ਨੂੰ ਰੋਜ਼ ਅੱਧਾ ਪਿਆਲਾ ਪਾਣੀ ਦਾ ਪੀਣ ਦੇ ਵਾਸਤੇ, ਬਾਪ ਨੂੰ ਥੋੜ੍ਹਾ ਸ਼ਾਇਰੀ ਦਾ ਸ਼ੌਕ ਸੀ। ਇੱਕ ਦਿਨ ਉਸਨੇ ਪਾਣੀ ਦੇ ਵਿੱਚ ਸਿਆਹੀ ਪਾ ਕੇ ਕੁਝ ਲਿਖਣਾ ਸ਼ੁਰੂ ਕੀਤਾ, ਪਾਣੀ ਮੁੱਕ ਗਿਆ। ਉਸਨੇ ਅਹਿਲਕਾਰ ਦੇ ਕੋਲੋਂ ਪਾਣੀ ਮੰਗਿਆ ਅਤੇ ਅਹਿਲਕਾਰ ਨੇ ਕਹਿ ਦਿੱਤਾ ਕਿ ਬਾਦਸ਼ਾਹ ਸਲਾਮਤ ਦਾ ਹੁਕਮ ਹੈ, ਪਾਣੀ ਅੱਧਾ ਪਿਆਲਾ ਹੀ ਮਿਲੇਗਾ, ਜਾਂ ਸ਼ਾਹੀ ਬਣਾ ਲਵੋ ਜਾਂ ਪੀ ਲਵੋ। ਫਿਰ ਉਸਨੇ ਇੱਕ ਸ਼ੇਰ ਲਿਖਿਆ ਸੀ, ਬਾਬਾ ਏ ਮਨ ਬਹਾਦਰ ਮਨ ਦੀ ਰੋਜ਼ ਲੱਕ ਸਵਾਰ ਦੂਦਮ ਇਮਰੋਜ਼ ਮੁਹਤਾਜ ਚੱਕ ਕਾਸਾ ਏ ਆਬਮ। ਹੈ ਔਰੰਗਜ਼ੇਬ, ਵੇਖ ਕਿਸਮਤ ਇਨਸਾਨ ਨੂੰ ਕੀ ਦਾ ਕੀ ਬਣਾ ਦਿੰਦੀ ਹੈ। ਅਜੇ ਕੱਲ੍ਹ ਦੀ ਦਿਨ ਹੈ, ਕੱਲ੍ਹ ਦਾ ਅਜੇ ਵਾਕਿਆ ਹੈ, ਅਜੇ ਕੁਝ ਦਿਨ ਨਹੀਂ ਗੁਜ਼ਰੇ ਕਿ ਮੇਰੇ ਹੁਕਮ ਦੇ ਵਿੱਚ ਇੱਕ ਲੱਕ ਸਵਾਰ ਖੜਾ ਹੁੰਦਾ ਸੀ, ਅੱਜ ਮੈਂ ਪਾਣੀ ਦੇ ਇੱਕ ਪਿਆਲੇ ਦੇ ਵਾਸਤੇ ਮੁਹਤਾਜ ਹੋ ਗਿਆ। ਇਸ ਤੋਂ ਪਤਾ ਲੱਗਦਾ ਕਿ ਔਰੰਗਜ਼ੇਬ ਕਿੰਨੇ ਜ਼ਿਆਦਾ ਜ਼ੁਲਮੀ ਔਰ ਕੱਟੜ ਸੁਭਾਅ ਦਾ ਮਾਲਕ ਸੀ। ਇਹ ਸਾਰਾ ਘਟਨਾਕ੍ਰਮ ਬੀਤਿਆ ਅਤੇ ਹੁਣ ਜਦੋਂ ਇਹ ਪਤਾ ਲੱਗ ਗਿਆ ਔਰੰਗਜ਼ੇਬ ਨੂੰ
ਕਿ ਸਿੱਖਾਂ ਦੇ ਗੁਰੂ ਗੁਰੂ ਹਰ ਰਾਏ ਸਾਹਿਬ ਨੇ ਦਾਰੇ ਨੂੰ ਆਸ਼ੀਰਵਾਦ ਵੀ ਦਿੱਤਾ ਹੈ ਅਤੇ ਦਾਰੇ ਦੀ ਮਦਦ ਵੀ ਕੀਤੀ ਹੈ। ਅਤੇ ਉੱਧਰ ਜਿਹੜੇ ਗੁਰੂ ਘਰ ਦੇ ਵਿਰੋਧੀ ਸੀ ਉਹਨਾਂ ਨੂੰ ਪਤਾ ਲੱਗ ਗਿਆ ਕਿ ਹੁਣ ਬੜਾ ਸੁਨਹਿਰੀ ਮੌਕਾ ਹੈ, ਗੁਰੂ ਹਰ ਰਾਏ ਸਾਹਿਬ ਦੀ ਸ਼ਿਕਾਇਤ ਕੀਤੀ ਜਾ ਸਕਦੀ ਹੈ। ਸਭ ਤੋਂ ਪਹਿਲੀ ਸ਼ਿਕਾਇਤ ਗੁਰੂ ਸਾਹਿਬ ਦੇ ਖਿਲਾਫ ਧੀਰ ਮੱਲ ਨੇ ਕੀਤੀ। ਧੀਰ ਮੱਲ ਨੇ ਔਰੰਗਜ਼ੇਬ ਨੂੰ ਲਿਖਤੀ ਸ਼ਿਕਾਇਤ ਕੀਤੀ। ਉਹਦੇ ਤਿੰਨ ਅੰਸ਼ ਬੜੇ ਅਹਿਮ ਨੇ। ਪਹਿਲਾ ਅੰਸ਼ ਹੈ ਕਿ ਸਾਡੇ ਪਰਿਵਾਰ ਦੇ ਵਿੱਚੋਂ ਗੁਰਤਾ ਗੱਦੀ ਦੇ ਉੱਪਰ ਬੈਠੇ ਹਰ ਰਾਏ ਨੇ ਤੁਹਾਡੇ ਬਾਗੀ ਦਾਰਾ ਸ਼ਿਕੋਹ ਦੀ ਮਦਦ ਕੀਤੀ ਹੈ। ਦੂਸਰੀ ਗੱਲ ਕਿ ਗੁਰਤਾ ਗੱਦੀ ਦੇ ਉੱਪਰ ਅਧਿਕਾਰ ਮੇਰਾ ਸੀ ਅਤੇ ਧੱਕੇ ਦੇ ਨਾਲ ਇਸਨੇ ਗੁਰਤਾ ਗੱਦੀ ਸਾਂਭੀ ਹੋਈ ਹੈ। ਅਤੇ ਤੀਸਰੀ ਸ਼ਿਕਾਇਤ ਸੀ ਕਿ ਇਸ ਨੇ ਹਕੂਮਤ ਦੇ ਖਿਲਾਫ ਬਗਾਵਤ ਦਾ ਐਲਾਨ ਕੀਤਾ ਹੋਇਆ ਹੈ। 2200 ਘੋੜਸਵਾਰਾਂ ਦੀ ਫੌਜ ਰੱਖੀ ਜਾਂਦੀ ਹੈ ਅਤੇ ਰੋਜ਼ ਨਗਾਰਾ ਵਜਾਇਆ ਜਾਂਦਾ ਹੈ। ਜੇਕਰ ਤੁਸੀਂ ਗੁਰੂ ਹਰ ਰਾਏ ਸਾਹਿਬ ਦੇ ਜੀਵਨ ਦਾ ਜਿਹੜਾ ਨਿੱਤ ਕਰਮ ਹੈ ਉਸ ਨੂੰ ਵੇਖੋ ਤਾਂ ਬੜਾ ਅਹਿਮ ਹੈ ਕਿ ਰੋਜ਼ ਅਖਾੜੇ ਸਜਦੇ ਸੀ, ਨੇਚੇਬਾਜ਼ੀ ਦੇ ਮੁਕਾਬਲੇ ਹੁੰਦੇ ਸੀ, ਘੋੜਸਵਾਰੀ ਦੇ ਮੁਕਾਬਲੇ ਹੁੰਦੇ ਸੀ ਔਰ ਨਗਾਰਾ ਵਜਾਇਆ ਜਾਂਦਾ ਸੀ। ਔਰੰਗਜ਼ੇਬ ਦੇ ਰਾਜ ਦੇ ਵਿੱਚ ਨਗਾਰਾ ਕੋਈ ਨਹੀਂ ਸੀ ਵਜਾ ਸਕਦਾ। ਇੱਥੋਂ ਤੱਕ ਕਿ ਔਰੰਗਜ਼ੇਬ ਨੇ ਆਪਣੇ ਪੁੱਤਰ ਨੂੰ ਵੀ ਨਗਾਰਾ ਵਜਾਉਣ ਤੋਂ ਟੋਕ ਦਿੱਤਾ ਸੀ। ਜਿਸ ਵੇਲੇ ਔਰੰਗਜ਼ੇਬ ਦਾ ਪੁੱਤਰ ਸ਼ਹਿਜ਼ਾਦਾ ਮੁਅੱਜ਼ਮ ਜਿਹੜਾ ਬਾਅਦ ਦੇ ਵਿੱਚ ਬਹਾਦਰ ਸ਼ਾਹ ਬਣਿਆ ਹੈ, ਜਦੋਂ ਕਾਬਲ ਦਾ ਗਵਰਨਰ ਬਣਿਆ ਸੀ ਉਸਨੇ ਨਗਾਰਾ ਵਜਾ ਦਿੱਤਾ। ਅਤੇ ਔਰੰਗਜ਼ੇਬ ਨੂੰ ਜਦੋਂ ਖਬਰ ਪਹੁੰਚੀ ਨਾ ਤਾਂ ਔਰੰਗਜ਼ੇਬ ਨੇ ਇੱਕ ਕਾਸਤ ਦੇ ਹੱਥ ਲਿਖਤੀ ਸੁਨੇਹਾ ਭੇਜਿਆ ਸੀ, ਕਹਿੰਦਾ ਮੁਅੱਜ਼ਮ ਅਜੇ ਤੂੰ ਬਾਦਸ਼ਾਹ ਨਹੀਂ ਬਣਿਆ ਕਿ ਨਗਾਰਾ ਵਜਾ ਸਕੇ। ਨਗਾਰਾ ਆਜ਼ਾਦੀ ਦਾ ਪ੍ਰਤੀਕ ਹੁੰਦਾ ਹੈ। ਜੇਕਰ ਤੈਨੂੰ ਕਾਬਲ ਨੂੰ ਫਤਿਹ ਕਰਨ ਦੀ ਇੰਨੀ ਖੁਸ਼ੀ ਹੈ ਤਾਂ ਚਾਰ ਢੋਲ ਵਜਾ ਲੈਣੇ ਸੀ, ਨਗਾਰਾ ਵਜਾਉਣ ਦੇ ਉੱਪਰ ਤੇਰਾ ਕੋਈ ਹੱਕ ਨਹੀਂ। ਸੋ ਔਰੰਗਜ਼ੇਬ ਦੇ ਸਾਹਮਣੇ ਜਦੋਂ ਇਹ ਸ਼ਿਕਾਇਤਾਂ ਪਹੁੰਚੀਆਂ ਤਾਂ ਔਰੰਗਜ਼ੇਬ ਨੇ ਗੁਰੂ ਸਾਹਿਬ ਨੂੰ ਤਲਬ ਕਰਨ ਦੇ ਵਾਸਤੇ ਸ਼ਿਵ ਦਿਆਲ ਦੇ ਹੱਥ ਕੀਰਤਪੁਰ ਸਾਹਿਬ ਇੱਕ ਸੁਨੇਹਾ ਭੇਜਿਆ।